ਰਮੇਸ਼ ਚੰਦਰ ਆਹਲੂਵਾਲੀਆ ਜੀ ਖਿਜਰਾਬਾਦ ਤੋਂ, ਸਰਦਾਰ ਦਲਵੀਰ ਸਿੰਘ ਆਹਲੂਵਾਲੀਆ, ਦਲਵੀਰ ਸਿੰਘ ਆਹਲੂਵਾਲੀਆ ਚੰਡੀਗੜ੍ਹ ਤੋਂ, ਅਜੇ ਆਹਲੂਵਾਲੀਆ ਜੀ, ਅਮਿਤ ਆਹਲੂਵਾਲੀਆ ਜੀ, ਅੰਸ਼ੁਲ ਜੀ, ਧੀਰਜ ਆਹਲੂਵਾਲੀਆ ਜੀ ਮੁੱਖ ਨੇ ਕੁਰੂਕਸ਼ੇਤਰ ਤੋਂ, ਰਜਤ ਆਹਲੂਵਾਲੀਆ, ਰਜੀਤ ਕਪੂਰ ਜੀ ਪੰਮੀ ਆਹਲੂਵਾਲੀਆ ਜੀ, ਮਹੀਪਾਲ ਆਹਲੂਵਾਲੀਆ ਜੀ ਚੰਡੀਗੜ੍ਹ ਤੋਂ ਮੇਰੇ ਨਾਲ ਇੱਥੇ ਆਏ, ਰਮਨਪ੍ਰੀਤ ਸਿੰਘ ਆਹਲੂਵਾਲੀਆ, ਅਮਿਤ ਆਹਲੂਵਾਲੀਆ, ਜਸ ਆਹਲੂਵਾਲੀਆ, ਪੰਜਾਬੀ ਸਿੰਗਰ ਨੇ ਸਾਡੇ ਉੱਭਰਦੇ ਦੇ ਸਿਤਾਰੇ ਨੇ, ਤੇ ਨਾਲ ਰਾਜਵੀਰ ਸਿੰਘ ਆਹਲੂਵਾਲੀਆ ਦੇ ਦੂਰੋਂ ਨੇੜਿਓਂ ਆਏ ਸਾਰੇ ਆਹਲੂਵਾਲੀਆ ਪਰਿਵਾਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ, ਤੁਹਾਡੇ ਤੋਂ ਛੋਟਾ ਤੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬਹੁਤ ਸਾਰੇ ਮੇਰੇ ਵੱਡੇ ਬਜ਼ੁਰਗ ਤੇ ਵੱਡੇ ਭਾਈ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਨੇ, ਮੈਂ ਸਿਰਫ ਤੇ ਸਿਰਫ 2 ਮਿੰਟ ਹੀ ਲੈਣਾ ਚਾਹੁੰਦਾ ਤੇ ਸ਼ਾਇਦ ਕੁਛ ਗੱਲਾਂ ਰਹਿ ਗਈਆਂ ਹੋਣ ਉਹਨਾਂ ਦੇ ਵੀ ਮੈਂ ਚਰਚਾ ਕਰ ਸਕਾਂ। ਤੇ ਮੈਂ ਦੇਖੋ ਅੱਜ ਖੁਸ਼ ਹਾਂ ਕਿ ਮੇਰੀ ਦਿਲ ਦੀ ਬਹੁਤ ਇੱਕ ਤਮੰਨਾ ਸੀ ਕਿ ਮੈਂ ਨਾਰਾਇਣਗੜ੍ਹ ਆ ਕੇ ਸਾਰੀ ਬਰਾਦਰੀ ਨੂੰ ਦਰਸ਼ਨ ਕਰ ਸਕਾਂ। ਅੱਜ ਵਿਜੇ ਪਾਲ ਆਹਲੂਵਾਲੀਆ ਜੀ ਤੇ ਮੋਹਨ ਸਿੰਘ ਜੀ ਦੇ ਉਦਮ ਸਰਦਾਰ ਸਾਰਿਆਂ ਦੇ ਦਰਸ਼ਨ ਹੋਏ ਨੇ। ਜਿਵੇਂ ਕਿ ਆਪਾਂ ਸਾਰੇ ਗੁਲਾਬ ਸਾਹਿਬ ਵਾਲੇ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਬਾਰੇ ਇੰਨੀ ਉਸਤਤ ਪਹਿਲਾਂ ਹੀ ਹੋ ਚੁੱਕੀ ਹੈ, ਸ਼ਹਿਰ ਵੀ ਥੋੜੀਆਂ ਜਿਹੀਆਂ ਗੱਲਾਂ ਰਹਿੰਦੀਆਂ ਨੇ। ਇੱਕ ਗੱਲ ਜਿਹੜੀ ਅਸੀਂ ਹਮੇਸ਼ਾ ਨਵਾਬ ਸਾਹਿਬ ਬਾਰੇ ਭੁੱਲ ਜਾਂਦੇ ਹਾਂ ਉਹ ਇਹ ਹੈ ਕਿ ਉਹਨਾਂ ਦਾ ਜੀਵਨ ਦੀ ਸ਼ੁਰੂਆਤ ਕਿੱਥੋਂ ਹੋਈ ਹੈ। ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਪਿਤਾ ਜੀ ਬਾਬਾ ਬਦਰ ਸਿੰਘ 6ਵੇਂ ਗੁਰੂਆਂ ਕੋਲ ਗਏ ਕਿ ਮੇਰੇ 2 ਪੁੱਤ ਸੀਗੇ, 2ਵੇਂ ਬਿਮਾਰੀ ਨਾਲ ਪੂਰੇ ਹੋ ਚੁੱਕੇ ਨੇ, ਇੱਕ ਕੋਈ ਇਹੋ ਜਿਹੀ ਸੰਤਾਨ ਮੈਨੂੰ ਮਿਲੇ ਜਿਹੜਾ ਕਿ ਸਾਡਾ ਵੰਸ਼ ਚਲਾ ਸਕੇ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਦਿੱਤਾ ਸੀਗਾ ਕਿ ਤੂੰ ਕਹਿੰਦਾ ਵੰਸ਼ ਚਲਾਵੇ, ਇਹੋ ਜਿਹੀ ਸੰਤਾਨ ਪੈਦਾ ਹੋਊਗੀ ਜਿਹੜਾ ਹਿੰਦੁਸਤਾਨ 'ਚ ਨਾਮ ਹੋਊਗਾ। ਜੱਸਾ ਸਿੰਘ ਆਹਲੂਵਾਲੀਆ ਜੱਸਾ ਸਿੰਘ ਆਹਲੂਵਾਲੀਆ ਜੀ ਦੇ 5 ਸਾਲ ਦੇ ਸੀਗੇ ਜਦੋਂ ਉਹਨਾਂ ਦੇ ਪਿਤਾ ਜੀ ਬਦਰ ਸਿੰਘ ਜੀ ਸੁਰੱਖਿਅਤ ਆ ਕੇ ਉਹਨਾਂ ਦੇ ਨਾਲ ਮਾਮਾ ਜੀ ਭਾਗ ਸਿੰਘ ਆਹਲੂਵਾਲੀਆ ਜੀ ਉਹਨਾਂ ਨੂੰ ਮਾਤਾ ਸੁੰਦਰਾ ਜੀ ਕੋਲ ਲੈ ਗਏ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਤਨੀ ਸੀਗੇ, ਤੇ ਉਹਨਾਂ ਨੇ ਗੁਰੂ ਨਵਾਬ ਸਾਹਿਬ ਨੂੰ ਆਪਣੇ ਕੋਲ ਰੱਖਿਆ, ਸ਼ਸਤਰ ਦੀ ਪਾਠ ਪੂਜਾ ਦੀ ਸਾਰੀ ਵਿਦਿਆ ਉਹਨਾਂ ਨੂੰ ਦਿੱਤੀ ਤੇ 18 ਸਾਲ ਦੀ ਉਮਰ ਦੇ ਵਿੱਚ ਨਵਾਬ ਕਪੂਰ ਸਿੰਘ ਜੀ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਕਿ ਅੱਜ ਤੋਂ ਬਾਅਦ ਇਹ ਤੇਰਾ ਪੁੱਤ ਹੈ, ਤੂੰ ਇਹਨੂੰ ਸਾਂਭਣਾ। ਤੇ ਉਹਨਾਂ ਨੇ ਨਵਾਬ ਕਪੂਰ ਸਿੰਘ ਜੀ ਨੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੂੰ ਆਪਣਾ ਧਰਮ ਪੁੱਤਰ ਮੰਨ ਲਿਆ, ਤਾਂ ਹੀ ਜਿਹੜਾ ਨਵਾਬ ਦਾ ਲਫ਼ਜ਼ ਹੈ ਉਹ ਨਵਾਬ ਜੱਸਾ ਸਿੰਘ ਆਹਲੂਵਾਲੀਆ ਕੋਲ ਉਹਨਾਂ ਦੀ ਧਰੋਹਰ ਦੇ ਵਿੱਚ ਲਿਖਿਆ ਹੋਇਆ ਹੈ। ਤੇ ਗੱਲ ਖਾਲਸਾ ਦੇ ਮੁੰਡੀ ਬਣੇ ਨਵਾਬ ਸਾਹਿਬ, ਅਸੀਂ ਸਾਰੇ ਜਾਣਦੇ ਹਾਂ ਪੰਜਾਬ ਜੇ ਸਾਰਾ ਪੰਜਾਬ ਦਾ ਇਲਾਕਾ ਸੀ, ਇੱਕ ਕਹਾਵਤ ਚੱਲਦੀ ਸੀ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਕਿ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਲੁੱਟ ਕੇ ਲੈ ਜਾਂਦਾ ਸੀ ਜੋ ਕੁਛ ਲੋਕ ਕਮਾਉਂਦੇ ਸੀ ਉਹ ਸਾਰਾ ਦਾ ਸਾਰਾ ਖੋ ਕੇ ਲੈ ਜਾਂਦੇ ਸੀ, ਲੋਕ ਕਹਿੰਦੇ ਖਾਲੋ ਪੀ ਲਓ ਆਪਣੀ ਸਿਹਤ ਨੂੰ ਲਾ ਲਓ ਬਚਣਾ ਕੁਛ ਨਹੀਂ। ਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਉਹਦੀਆਂ ਜੜ੍ਹਾਂ ਹੀ ਪੱਟਤੀਆਂ, ਬਿਆਸ ਕੰਡੇ ਉਹਨੂੰ ਉਤਰ ਕੇ ਘੋੜੇ ਤੋਂ ਜੱਫਾ ਪੜਿਆ, 2400 ਕੁੜੀਆਂ ਛਡਾਈਆਂ ਆਪਣੀਆਂ ਤੇ ਨਾਲ ਉਹਨੂੰ ਜੱਫਾ ਪੜਿਆ, ਦੱਸਦੇ ਰਹਿਣਾ ਕੀ ਕਰੀਏ, ਉਹਨੇ ਹੱਥ ਜੋੜੇ ਕਿ ਮੇਰੀ ਜਾਨ ਛੱਡ ਦੋ ਤਾਂ ਮੁੜ ਕੇ ਪੰਜਾਬ ਦਾ ਕਦੇ ਮੂੰਹ ਨਹੀਂ ਕਰੂੰਗਾ। ਉਸ ਟਾਈਮ ਉਹ ਤੋਂ ਕਿਹਾ ਕਿ ਬਈ ਤੂੰ ਜੇ ਮੁਸਲਮਾਨ ਹੈ ਮੁਸਲਮਾਨ ਨੂੰ ਮਾਫ਼ ਦੇ ਰਹੀ, ਅੱਜ ਤੋਂ ਬਾਅਦ ਪੰਜਾਬ ਦਾ ਮੂੰਹ ਨਾ ਕਰੀ, ਉਹਨੂੰ ਭਜਾਇਆ ਕਿ ਪਹਿਲਾਂ ਵੀ ਜ਼ਖਮੀ ਸੀ ਮਰੇ ਹੋਏ ਦਾ ਸ਼ਿਕਾਰ ਨਹੀਂ ਕਰਦੇ ਸੀ, ਉਹਨੂੰ ਭਜਾਇਆ ਕਿ ਇਹ ਇਸ ਗੱਲ ਦੀ ਤਾਰੀਖ ਗਵਾਹ ਕਿ ਕਦੇ ਉਹਨੇ ਪੰਜਾਬ ਦਾ ਦੁਆਰਾ ਮੂੰਹ ਨਹੀਂ ਕੀਤਾ। ਉਹ ਤੋਂ ਬਾਅਦ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ, ਅੱਜ ਹਰਿਮੰਦਰ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਜੋ ਅੱਜ ਉਹਦੀ ਜਿੰਨਾ ਵੀ ਸਟਰਕਚਰ ਹੈ ਉਹ ਸਾਰਾ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਬਣਵਾਇਆ। ਉਹ ਤੋਂ ਬਾਅਦ ਉਹਨਾਂ ਦੇ ਵੰਸ਼ ਦੇ ਵਿੱਚ ਬਾਬਾ ਫਤਿਹ ਸਿੰਘ ਉਹਨਾਂ ਨੇ ਜੋ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਬਹੁਤ ਹੀ ਨਜ਼ਦੀਕੀ ਸੀਗੇ, ਮੇਰੇ ਤੋਂ ਪਹਿਲਾਂ ਸਾਡੇ ਵਿਜੇ ਜੀ ਨੇ ਵੀ ਇਸ ਬਾਰੇ ਦੱਸਿਆ ਕਿ ਉਹਦੀ ਅੱਜ ਜੋ ਸਵਰਣ ਮੰਦਰ ਅਸੀਂ ਹਰਿਮੰਦਰ ਸਾਹਿਬ ਨੂੰ ਕਹਿੰਦੇ ਹਾਂ, ਅਸੀਂ ਕਹਿੰਦੇ ਹਾਂ ਤੇ ਉਹ ਤੋਂ ਪਹਿਲਾਂ ਹਰਿਮੰਦਰ ਸਾਹਿਬ ਕਿਹਾ ਜਾਂਦਾ ਸੀ, ਗੋਲਡਨ ਟੈਂਪਲ ਦਾ ਜਿਹੜਾ ਖਿਲਾਫ ਉਹ ਮਹਾਰਾਜਾ ਰਣਜੀਤ ਸਿੰਘ ਵੇਲੇ ਬਣਿਆ ਜਦੋਂ 66,11,000 ਰੁਪਇਆ 2 ਰੁਪਏ ਤੋਲਾ ਸੋਨਾ ਹੁੰਦਾ ਸੀ ਉਸ ਵੇਲੇ ਜਦੋਂ ਉੱਤੇ ਇਸ਼ਾਰਾ ਲੱਗਿਆ, ਉਹਦੇ ਵਿੱਚੋਂ 33,11,000 ਰੁਪਇਆ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਬਖਸ਼ ਬਾਬਾ ਫਤਿਹ ਸਿੰਘ ਤੇ ਭੰਗੀ ਸਰਦਾਰਾਂ ਨੇ ਦਿੱਤਾ। ਇਹ ਅੱਜ ਬਹੁਤ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਬਜ਼ੁਰਗ ਸਾਡੇ ਬਰਾਦਰੀ ਦੇ ਨੌਜਵਾਨ ਇਸ ਗੱਲਾਂ ਨੂੰ ਨਹੀਂ ਜਾਣਦੇ। ਮੈਂ ਅੱਜ ਇਸ ਗੱਲ ਜਦੋਂ ਅਸੀਂ 2008 ਦੇ ਵਿੱਚ ਸਭਾ ਆਪਣੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ, 2013 ਦੇ ਵਿੱਚ ਅਸੀਂ ਮੈਗਜ਼ੀਨ ਦਾ ਪਹਿਲਾ ਇਸ਼ੂ ਕੱਢਿਆ, ਅੱਜ ਮੈਨੂੰ ਬਹੁਤ ਮਾਣ ਤੇ ਇਸ ਗੱਲ 'ਤੇ ਫਖਰ ਮਹਿਸੂਸ ਹੁੰਦਾ ਕਿ ਪਿਛਲੇ 2-2.5 ਸਾਲਾਂ ਦੇ ਵਿੱਚ ਅਸੀਂ ਘੱਟੋ ਘੱਟ 450 ਪਰਿਵਾਰਾਂ ਦੇ ਰਿਸ਼ਤੇ ਕਰਵਾਏ ਨੇ ਆਹਲੂਵਾਲੀਆਂ ਦੇ, ਜਿਹੜੇ ਕਿ ਗੈਰ ਬਰਾਦਰੀਆਂ 'ਚ ਹੋ ਰਹੇ ਸੀ ਸਾਡੇ ਬਰਾਦਰੀ ਵੀ ਹੋਰ ਕਿੱਥੇ। ਸਾਨੂੰ ਅੱਜ ਬਹੁਤ ਜ਼ਰੂਰਤ ਹੈ ਕਿ ਅਸੀਂ ਨਾ ਸਿਰਫ ਇਹ ਸੋਚੀਏ, ਅਸੀਂ ਪੰਜਾਬ 'ਚ ਅਸੀਂ ਕਈ ਆਹਲੂਵਾਲੀਆਂ ਜੀ ਕਿੱਧਰ ਆ ਕੇ ਅਸੀਂ ਹਰਿਆਣੇ ਵਿੱਚ ਮਿਲੋ ਵੀ ਵਾਲੀਆਂ ਲਿਖਣ ਲੱਗ ਪੈਂਦੇ ਨੇ, ਅਸੀਂ ਯੂਪੀ ਵੱਲ ਚੱਲ ਜਾਈਏ ਵਾਲੀਆਂ ਲੜ ਜਾਣਗੇ, ਰਾਜਸਥਾਨ ਚੱਲ ਜਾਈਏ ਕਲਾਰ ਟਾਪ ਵਾੜੇ ਮਿਲ ਜਾਂਦੇ ਨੇ,
ਅਸੀਂ ਤਾਮਿਲਨਾਡੂ ਦੇ ਵਿੱਚ ਚੱਲੀਏ ਸਾਨੂੰ ਕਨਾਲ ਮਿਲ ਜਾਂਦੇ ਨੇ, ਸ਼ਿਵ ਹਰੇ ਮਿਲਦੇ ਨੇ, ਕਿੰਨੀਆਂ ਲੋਕਾਂ ਨੇ ਸਾਰੇ ਕਨਾਲ ਨੇ, ਇਹ ਸਾਰੇ ਕਨਾਲਾਂ ਨੂੰ ਇਕੱਠਾ ਕਰਨਾ ਪੈਂਦਾ। ਇਹ ਵੀ ਸੋਚਣਾ ਚਾਹੀਦਾ ਅਸੀਂ ਸਿੱਖਾਂ ਤੇ ਹਿੰਦੂਆਂ, ਜੇ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਸਾਡੀ ਹੁੰਦਾ, ਜੇ ਅਸੀਂ ਇਕੱਲੇ ਇਕੱਲੇ ਰਹਿਣਾ ਸਾਨੂੰ ਕਿਸੇ ਨੂੰ ਕੁਛ ਨਹੀਂ ਕਰਨਾ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ, ਵੱਧ ਚੜ ਕੇ ਸਾਡੀ ਜਿੱਥੇ ਵੀ ਸੇਵਾ, ਵਿਜੇ ਪਾਲ ਜੀ, ਮੋਹਨ ਸਿੰਘ ਜੀ, ਰਮੇਸ਼ ਜੀ, ਜਿੱਥੇ ਸਾਡੀ ਸੇਵਾ ਲਾਉਣਗੇ, ਹਿੰਦੁਸਤਾਨ ਦੇ ਕਿਸੇ ਕੋਨੇ 'ਚ ਕਹਿਣਗੇ ਅਸੀਂ ਉੱਥੇ